ਕਿਸੇ ਦਾ ਸੀਨ ਤਾਂ ਤੁਸੀਂ ਵਧੀਆ ਲੈ ਲਿਆ, ਸ਼ੂਟ ਕਰ ਲਿਆ, ਤੁਹਾਡੀ ਵਾਰੀ ਆਈ, ਉਦੋਂ ਤੁਸੀਂ ਸੈਟੀਸਫਾਈ ਨਹੀਂ ਹੋਏ ਵੀ ਦੁਬਾਰਾ ਲੈ। ਯੂਰ ਉੱਥੇ ਦੀ ਤੂੜੀ ਆਈ ਜਾਂਦੇ ਤੇ ਮੈਂ ਐਂ ਕਰਦਾ ਕਰਦਾ ਆਪਦੇ ਸੀਨ ਦੇ ਆਉਂਦਾ ਹੁੰਦਾ ਤੇ ਕਈ ਵਾਰੀ ਇੰਨਾ ਟਾਈਮ ਵੀ ਨਹੀਂ ਸੀ ਹੁੰਦਾ ਕਿ ਆਪਦਾ ਰੀਟੇਕ ਦੇਖਣਾ, ਤਾਂ ਬੜੇ ਸ਼ਾਰਟਾਂ ਦੇ ਮੇਰਾ ਜੇ ਮੱਥਾ ਆਏ ਆ, ਕਰੈਕਟਰ ਨਹੀਂ ਹੈ ਉਹ, ਮੈਂ ਸਟ੍ਰੈਸ ਵੀ ਇੰਨਾ ਕੰਮ ਨੂੰ ਲੈ ਕੇ ਨਾਲੇ ਸ਼ਰੀਕ ਵੀ ਕਦੇ ਪਿਓ ਬਣਿਆ ਕਿਸੇ ਦਾ ਜੱਗ ਤੇ ਅੱਖਾਂ ਬੰਦ ਕੇ ਨਾ ਲੰਘਦਾ। ਕਿਸੇ ਦਾ ਸੀਨ ਤਾਂ ਤੁਸੀਂ ਵਧੀਆ ਲੈ ਲਿਆ, ਸ਼ੂਟ ਕਰ ਲਿਆ, ਤੁਹਾਨੂੰ ਲੱਗਿਆ ਵੀ ਯਾਰ ਕਿੰਨਾ ਵਧੀਆ ਸੀਨ ਸ਼ੂਟ ਹੋ ਗਿਆ, ਪਰ ਜਦੋਂ ਤੁਹਾਡੀ ਵਾਰੀ ਆਈ ਉਦੋਂ ਤੁਸੀਂ ਸੈਟੀਸਫਾਈ ਨਹੀਂ ਹੋਏ ਵੀ ਦੋ ਤਿੰਨ ਵਾਰੀ ਕਿਹਾ ਵੀ ਨਹੀਂ ਹੋਰ ਦੁਬਾਰਾ ਲੈ, ਜਿੱਦਾਂ ਤੁਸੀਂ ਗਾਣਿਆਂ 'ਚ ਪਹਿਲਾਂ ਆਉਂਦੇ ਹੁੰਦੇ ਸੀਗੇ। ਇੱਕ ਚੀਜ਼ ਮੇਰੇ ਨਾਲ ਕਾਫੀ ਵਾਰੀ ਹੋ ਜਾਂਦੀ ਹੈ, ਡਾਇਰੈਕਸ਼ਨ ਅਤੇ ਐਕਟਿੰਗ ਦੋਨੋਂ ਚੀਜ਼ਾਂ ਦਾ, ਫਿਰ ਉੱਥੇ ਦੀ ਤੂੜੀ ਆਈ ਜਾਂਦੀ ਕਿਉਂਕਿ ਤੁਸੀਂ ਐਜ਼ ਅ ਡਾਇਰੈਕਟਰ ਤੁਸੀਂ ਥੋੜ੍ਹੇ ਸਟ੍ਰੈਸਡ ਹੋ ਜੀ, ਤੁਸੀਂ ਐਂ ਦੇਖੋ ਵੀ ਯਾਰ ਉਹ ਆਹ ਪਲਾਵਾ ਦਾ ਬੁਕਰਾਵੇ ਐਵੇਂ ਕਰਾਉਣਾ, ਬਟ ਜਿਹੜਾ ਮੱਥਾ ਹੈ ਉਹ ਥੋੜ੍ਹਾ ਟਾਈਟ ਹੁੰਦਾ, ਅਤੇ ਜਦੋਂ ਤੁਸੀਂ ਨਾਲ ਹੀ ਮੰਨ ਲਓ ਤੁਹਾਡਾ ਸੀਨ ਆ ਜਾਂਦਾ ਸੀ, ਤੋ ਵੀਡੀਓ ਕਰਦੇ ਹੋਏ ਜਿਵੇਂ ਸੀਨ 'ਚ ਆ ਜਾਂਦਾ ਹੁੰਦਾ ਸੀ, ਅਤੇ ਮੈਂ ਐਂ ਕਰਦਾ ਕਰਦਾ ਆਪਦੇ ਸੀਨ ਦੇ ਆਉਂਦਾ ਹੁੰਦਾ, ਅਤੇ ਕਈ ਵਾਰੀ ਇੰਨਾ ਟਾਈਮ ਵੀ ਨਹੀਂ ਸੀ ਹੁੰਦਾ ਕਿ ਆਪਦਾ ਰੀਟੇਕ ਦੇਖਣਾ, ਤਾਂ ਬੜੇ ਸ਼ਾਰਟਾਂ ਦੇ ਮੇਰਾ ਜੇ ਮੱਥਾ ਆਏ ਆ, ਅੱਛਾ ਹੈਗਾ ਉਹ ਕਰੈਕਟਰ ਨਹੀਂ ਹੈ, ਓਕੇ ਉਹ ਮੈਂ ਸਟ੍ਰੈਸ ਦੀ ਇੰਨਾ ਕੰਮ ਨੂੰ ਲੈ ਕੇ, ਓਕੇ ਪਰ ਵਿਦ ਟਾਈਮ ਮੈਨੂੰ ਫਿਰ ਮੈਂ ਇੱਕ ਦੋ ਐਕਸਰਸਾਈਜ਼ ਇਹ ਕਹਿਣਾ ਲੱਗ ਗਿਆ ਸੀ, ਆਪਦੇ ਕੋ ਐਕਟਰ ਤੋਂ ਮੈਂ ਐਕਸਰਸਾਈਜ਼ ਸਿੱਖੀ ਸੀ ਹਰ ਸੀਨ ਕਰਨ ਤੋਂ ਪਹਿਲਾਂ, ਅਤੇ ਉਸ ਤੋਂ ਬਾਅਦ ਫਿਰ ਉਹ ਚੀਜ਼ਾਂ ਮੈਂ ਦੇਖੀ। ਥੈਂਕ ਯੂ ਭਾਅ ਜੀ, ਥੈਂਕ ਯੂ ਸਾਰੇ ਜਾਣਿਆਂ ਨੂੰ ਬੇਨਤੀ ਜੀ, ਥਾਰ ਅਕਤੂਬਰ ਨੂੰ ਸਿਨੇਮਾ ਘਰ ਆ ਜਾ ਕੇ ਜ਼ਰੂਰ ਤਬਾਹ ਦੇਖਿਓ, ਅਤੇ ਜੇ ਤੁਹਾਡੀ ਜ਼ਿੰਦਗੀ 'ਚ ਕੋਈ ਅੰਬਰ ਹੈਗਾ ਤਾਂ ਉਹ ਘੁੱਟ ਕੇ ਜੱਫੀ ਜ਼ਰੂਰ ਪਾਇਓ, ਸ਼ਾਇਦ ਉਹ ਤੁਹਾਡੀ ਜੱਫੀ ਦੀ ਮੋੜ ਹੋਊ। ਵਧੀਆ ਹੋ ਗਿਆ ਜੀ। ਹਾਂਜੀ ਹਾਂਜੀ ਜ਼ਰੂਰ।